ਸਮਾਣਾ ਪਾਤਲਾ ਸੜਕ 'ਤੇ ਪਿੰਡ ਕਸਬਾ ਘੱਗਾ ਦੇ ਵਿੱਚ ਇੱਕ ਵਿਅਕਤੀ ਆਪਣੀ ਸਾਈਕਲ ਤੋਂ ਜਦ ਮੰਡੀ ਰਾਜ ਮੰਡੀ ਪਾਸੇ ਮੁੜਨ ਲੱਗਿਆ ਤਾਂ ਉਹ ਪਿੱਛੇ ਤੋਂ ਆ ਰਹੀ ਇੱਕ ਬੱਸ ਨੇ ਉਹਦੇ ਟੱਕਰ ਹੋਈ ਹੈ, ਜਿਹਦੇ ਵਿੱਚ ਸਾਈਕਲ ਨਾਲ ਬੱਸ ਨਾਲ ਟਕਰਾਈ ਹੈ, ਉਹਦੇ ਵਿੱਚ ਮੌਤ ਹੋਈ ਹੈ। ਉਹਨਾਂ ਦਾ ਨਾਮ ਕੀ ਹੈ? ਖੇਮਚੰਦ ਜੀ ਪਹੁੰਚੇ ਪੁਲਿਸ ਅਧਿਕਾਰੀ ਇੱਥੇ ਸਮਾਣਾ 'ਚ ਪੋਸਟਮਾਰਟਮ ਕਰਾ ਰਹੇ ਹੋ ਜੀ, ਕਿਸ ਬਿਆਨ ਦਰਜ ਹੋਏ ਹੈ ਔਰ ਕਿੱਥੇ ਜਾ ਰਹੇ ਸੀ, ਕੀ ਨਾਮ ਉਹਨਾਂ ਦਾ? ਇਹ ਬਖਸ਼ੀ ਸਿੰਘ ਸਨ ਆਫ ਸੁੱਚਾ ਸਿੰਘ ਹੈ ਜੀ, ਵਾਸੀ ਘੱਗਾ। ਇਹ 15-16 ਸਾਲਾਂ ਤੋਂ ਇਹ ਸੇਵਾ ਕਰ ਰਹੇ ਸੀ ਗੁੱਗਾ ਮੇੜੀ 'ਤੇ। ਹਾਂਜੀ, ਘੱਗਾ ਜੀ। ਇਹ ਇਹਨਾਂ ਨੂੰ ਕੰਮ ਸੀ ਕੋਈ ਅਨਾਜ ਮੰਡੀ ਵਾਲੀ ਸਾਈਡ ਜੀ। ਇਹ ਜਦੋਂ ਮੁੜਨ ਲੱਗੇ ਇੱਧਰੋਂ ਸਾਹਮਣੇ ਬੱਸ ਆ ਰਹੀ ਸੀ ਜੀ, ਹਾਂ ਸਮਾਣਾ ਸਾਈਡ ਤੋਂ ਬੱਸ ਆ ਰਹੀ ਸੀ ਜੀ। ਅਚਾਨਕ ਪਸੁਆਣ ਕਰਕੇ ਇਹਨਾਂ ਦਾ ਬੈਲੈਂਸ ਵਿਗੜਿਆ ਬੱਸ ਦਾ, ਅਤੇ ਇੱਧਰੋਂ ਚੱਕ ਲਿਆ ਅਤੇ ਇਹਨਾਂ ਦਾ ਵੀ ਬੈਲੈਂਸ। ਅਤੇ ਇਹਨਾਂ ਦੇ ਗੁਰਨਾਮ ਸਿੰਘ ਸੀ ਮੌਕੇ 'ਤੇ, ਇਹ ਪਹੁੰਚ ਗਏ ਸੀ ਇਹਨਾਂ ਦਾ ਲੱਗਦਾ। ਹਾਂਜੀ, ਬਿਆਨ ਇਹਨਾਂ ਕੀ ਨਾਮ ਸੀ ਇਹਨਾਂ ਦਾ? ਤੁਹਾਡੇ ਬਖਸ਼ੀਸ਼ ਸਿੰਘ ਸੀ, ਮੇਰਾ ਬ੍ਰਦਰ ਸੀ ਜੀ। ਬ੍ਰਦਰ ਸੀ ਅਤੇ ਉੱਧਰ ਜਾ ਰਹੇ ਸੀ ਅਨਾਜ ਮੰਡੀ? ਹਾਂਜੀ, ਅਨਾਜ ਵਾਲੀ ਅਨਾਜ ਮੰਡੀ। ਉਮਰ ਕਿੰਨੇ ਕੁ ਇਹਨਾਂ ਦੀ? ਉਮਰ 58 ਸਾਲ ਦੀ ਹੈ ਜੀ। ਤੁਹਾਡੇ ਕੀ ਲੱਗਦੇ? ਮੇਰਾ ਬ੍ਰਦਰ ਹੈ ਜੀ। ਸੱਕਾ? ਹਾਂਜੀ, ਤਾਏ ਦਾ ਲੜਕਾ ਜੀ। ਹਾਂਜੀ, ਮੇਰੇ ਕੋਲ ਹੀ ਰਹਿੰਦੇ 15-16 ਸਾਲ ਤੋਂ ਜੀ। ਅਤੇ ਸੇਵਾ ਕਰਦੇ ਸੀ? ਹਾਂਜੀ, ਸੇਵਾ ਕਰਦੇ ਸੀ ਗੁੱਗਾ ਮਾੜੀ ਦੇ ਵਿੱਚ, ਸੇਵਾ ਕਰਦੇ ਸੀ। ਔਰ ਅਚਾਨਕ ਹੀ ਅਨਾਜ ਮੰਡੀ ਪਾਸੇ ਮੁੜਨ ਲੈ ਗਏ ਤਾਂ PRTC ਬੱਸ ਸਮਾਣਾ ਸਾਈਡ ਤੋਂ ਆ ਰਹੀ ਸੀ, ਉਸ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਔਰ ਪਰਿਵਾਰ ਦੇ ਬਿਆਨ ਦਰਜ ਕਰਕੇ ਘੱਗਾ ਪੁਲਿਸ ਵੱਲੋਂ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਕਰਾ ਕੇ ਵਾਰਸਾਂ ਸੌਂਪਿਆ ਜਾ ਰਿਹਾ। ਸਮਾਣਾ ਪਾਤਲਾ ਸੜਕ 'ਤੇ ਪਿੰਡ ਕਸਬਾ ਘੱਗਾ ਦੇ ਵਿੱਚ ਇੱਕ ਵਿਅਕਤੀ ਆਪਣੀ ਸਾਈਕਲ ਤੋਂ ਜਦ ਮੰਡੀ ਰਾਜ ਮੰਡੀ ਪਾਸੇ ਮੁੜਨ ਲੱਗਿਆ ਤਾਂ ਉਹ ਪਿੱਛੇ ਤੋਂ ਆ ਰਹੀ ਇੱਕ ਬੱਸ ਨੇ ਉਹਦੇ ਟੱਕਰ ਹੋਈ ਹੈ, ਜਿਹਦੇ ਵਿੱਚ ਸਾਈਕਲ ਨਾਲ ਬੱਸ ਨਾਲ ਟਕਰਾਈ ਹੈ, ਉਹਦੇ ਵਿੱਚ ਮੌਤ ਹੋਈ ਹੈ। ਉਹਨਾਂ ਦਾ ਨਾਮ ਕੀ ਹੈ? ਖੇਮਚੰਦ ਜੀ ਪਹੁੰਚੇ ਪੁਲਿਸ ਅਧਿਕਾਰੀ ਇੱਥੇ ਸਮਾਣਾ 'ਚ ਪੋਸਟਮਾਰਟਮ ਕਰਾ ਰਹੇ ਹੋ ਜੀ, ਕਿਸ ਬਿਆਨ ਦਰਜ ਹੋਏ ਹੈ ਔਰ ਕਿੱਥੇ ਜਾ ਰਹੇ ਸੀ, ਕੀ ਨਾਮ ਉਹਨਾਂ ਦਾ? ਇਹ ਬਖਸ਼ੀਸ਼ ਸਿੰਘ ਸਨ ਆਫ ਸੁੱਚਾ ਸਿੰਘ ਹੈ ਜੀ, ਵਾਸੀ ਘੱਗਾ। ਇਹ 15-16 ਸਾਲਾਂ ਤੋਂ ਇਹ ਸੇਵਾ ਕਰ ਰਹੇ ਸੀ ਗੁੱਗਾ ਮੇੜੀ 'ਤੇ। ਹਾਂਜੀ, ਘੱਗਾ ਜੀ। ਇਹ ਇਹਨਾਂ ਨੂੰ ਕੰਮ ਸੀ ਕੋਈ ਅਨਾਜ ਮੰਡੀ ਵਾਲੀ ਸਾਈਡ ਜੀ। ਇਹ ਜਦੋਂ ਮੁੜਨ ਲੱਗੇ ਇੱਧਰੋਂ ਸਾਹਮਣੇ ਬੱਸ ਆ ਰਹੀ ਸੀ ਜੀ, ਹਾਂ ਸਮਾਣਾ ਸਾਈਡ ਤੋਂ ਬੱਸ ਆ ਰਹੀ ਸੀ ਜੀ। ਅਚਾਨਕ ਪਸੁਆਣ ਕਰਕੇ ਇਹਨਾਂ ਦਾ ਬੈਲੈਂਸ ਵਿਗੜਿਆ ਬੱਸ ਦਾ, ਅਤੇ ਇੱਧਰੋਂ ਚੱਕ ਲਿਆ ਅਤੇ ਇਹਨਾਂ ਦਾ ਵੀ ਬੈਲੈਂਸ। ਅਤੇ ਇਹਨਾਂ ਦੇ ਗੁਰਨਾਮ ਸਿੰਘ ਸੀ ਮੌਕੇ 'ਤੇ, ਇਹ ਪਹੁੰਚ ਗਏ ਸੀ ਇਹਨਾਂ ਦਾ ਲੱਗਦਾ। ਹਾਂਜੀ, ਬਿਆਨ ਇਹਨਾਂ ਕੀ ਨਾਮ ਸੀ ਇਹਨਾਂ ਦਾ? ਤੁਹਾਡੇ ਬਖਸ਼ੀਸ਼ ਸਿੰਘ ਸੀ, ਮੇਰਾ ਬ੍ਰਦਰ ਸੀ ਜੀ। ਬ੍ਰਦਰ ਸੀ ਅਤੇ ਉੱਧਰ ਜਾ ਰਹੇ ਸੀ ਅਨਾਜ ਮੰਡੀ? ਹਾਂਜੀ, ਅਨਾਜ ਵਾਲੀ ਅਨਾਜ ਮੰਡੀ। ਉਮਰ ਕਿੰਨੇ ਕੁ ਇਹਨਾਂ ਦੀ? ਉਮਰ 58 ਸਾਲ ਦੀ ਹੈ ਜੀ। ਤੁਹਾਡੇ ਕੀ ਲੱਗਦੇ? ਮੇਰਾ ਬ੍ਰਦਰ ਹੈ ਜੀ। ਸੱਕਾ? ਹਾਂਜੀ, ਤਾਏ ਦਾ ਲੜਕਾ ਜੀ। ਹਾਂਜੀ, ਮੇਰੇ ਕੋਲ ਹੀ ਰਹਿੰਦੇ 15-16 ਸਾਲ ਤੋਂ ਜੀ। ਅਤੇ ਸੇਵਾ ਕਰਦੇ ਸੀ? ਹਾਂਜੀ, ਸੇਵਾ ਕਰਦੇ ਸੀ ਜੀ ਗੁੱਗਾ ਮਾੜੀ ਦੇ ਵਿੱਚ, ਸੇਵਾ ਕਰਦੇ ਸੀ। ਔਰ ਅਚਾਨਕ ਹੀ ਅਨਾਜ ਮੰਡੀ ਪਾਸੇ ਮੁੜਨ ਲੱਗੇ ਤਾਂ PRTC ਬੱਸ ਸਮਾਣਾ ਸਾਈਡ ਤੋਂ ਆ ਰਹੀ ਸੀ, ਉਸ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਔਰ ਪਰਿਵਾਰ ਦੇ ਬਿਆਨ ਦਰਜ ਕਰਕੇ ਘੱਗਾ ਪੁਲਿਸ ਵੱਲੋਂ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਕਰਾ ਕੇ ਵਾਰਸਾਂ ਸੌਂਪਿਆ ਜਾ ਰਿਹਾ।